I am not your typical, atypical. You gotta watch your energy, cause we were real reciprocals. Diamonds so clear, sure they thought they was invisible. Bulletproof the vibe, butterflies when the money come to mind. Only money make me calm. It's the shit that make me numb. Only money. ससरीकाल, हाँ जी यारो मित्रो बेलियो, की हाल चाल है तुहाडा? मैं तुहाडा अपना ज़हीर पट्टी, ते मेरे नाल ने सीमा, ते मैं उम्मीद करदा तुसी सारे ठीक ठाक होवोगे, ते जिंदगी दे मजे लुट रहे होवोगे। लास्ट आपा रिएक्शन कीता सी सेंट जरनैल खालसा जी पिंडरांवालिया ते उन्हां दी स्पीच दे उत्ते, ते तुसी बहुत पसंद कीता है। ते आपां जे इक होर रिएक्शन वीडियो लैके आए जिहड़ा तुसी बहुत ज़्यादा रिक्वेस्ट कीती है, बाज गाने दा नाम है। ते हैव यू एवर वॉच दिस? ना, पहली बार वेखना। हाँ जी। ते अगर तुसी चैनल ते नवे हो ते प्लीज़ प्लीज़ सबसक्राइब जरूर करो। ते अगर तुहाडे को कोई होर संतां दी वीडियोज़ दी रिक्वेस्ट भी है वे, ते प्लीज़ प्लीज़ जरूर दस्यो। लेट्स सी यार किवें दा संतां बरमा दित्ता जेड़ी कौम गुरां ने साजी सेवक हां सतगुर दा लावांगा सिर दर दी बाजी पूरे कर जावांगा जेड़े बोल करा इक बारी ए बाजी कल्ला है इस दे मगर ने बहुत शिकारी खालसा जी पिंडरांवाले जिहड़े सन उन्हां दे उत्ते ये पूरा गाना बनाया बाज़ इकल्ला ते सारे उहदे पिछे लगे ने। जिवें कि तुहानूं पता है कि 84 दे अंदर
ਜਿਹੜਾ ਲਾਈਨ ਆਫ ਪੰਜਾਬ ਕਿਹਾ ਜਾਣ ਵਾਲਾ ਬੰਦਾ ਸੀ ਉਹ ਸੈਂਟ ਜਰਨੈਲ ਖਾਲਸਾ ਜੀ ਭਿੰਡਰਾਂ ਵਾਲੇ ਸਨ। ਠੀਕ ਹੈ, ਇਹਨਾਂ ਨੇ ਆਪਣੀ ਗੁਰੂਆਂ ਦੀ ਫੌਜ ਤਿਆਰ ਕੀਤੀ। ਠੀਕ ਹੈ, ਫਿਰ ਯਾਨੀ ਜਿੰਨਾ ਕੁ ਆਵਾਮ ਨੂੰ ਜਿੰਨਾ ਕੁ ਜਿਹੜੀ ਆਵਾਮ ਸੀ ਉਹਨਾਂ ਸਾਰਿਆਂ ਨੂੰ ਇਕੱਠਾ ਕਰਨ 'ਚ ਇਹਨਾਂ ਦਾ ਰੋਲ ਹੈ ਨਾ, ਅੱਜ ਤੱਕ ਇਹਨਾਂ ਦੀਆਂ ਸਪੀਚਾਂ ਜਿਹੜੀਆਂ ਨੇ ਲੋਕਾਂ ਨੂੰ ਯਾਦ ਨੇ। ਠੀਕ ਹੈ, ਅਤੇ ਬਹੁਤ ਹੀ ਅੱਛਾ ਗਾਣਾ ਸੀ ਬਿਲਕੁਲ ਵਿੱਚ ਜਰਨੈਲ ਸਾਹਿਬ ਨੂੰ ਬਹਾਇਆ ਜਾਂਦਿਆਂ ਫਿਰਦਿਆਂ ਟੁਰਦਿਆਂ। ਅਤੇ ਵਾਕਈ ਜਿਹੜੀ ਐਂਡ 'ਤੇ ਉਹਨਾਂ ਗੱਲ ਕੀਤੀ ਹੈ ਕਿ ਜਿਹੜਾ ਸਿੱਖ ਹੈ ਨਾ ਉਹਦਾ ਕੰਮ ਕੀ ਹੈ, ਰਕਸ਼ਾ ਕਰਨਾ, ਰਿਸਪੈਕਟ ਕਰਨਾ। ਠੀਕ ਹੈ, ਬਹੁਤ ਸੁਥਰਾ ਸੀ ਸਾਨੂੰ ਜੋ ਆ, ਜੇਕਰ ਤੁਸੀਂ ਕੰਮ ਵੇਖੋ ਨਾ ਅੱਜ ਜੋ ਰਿਹਾ ਇਸ ਟਾਈਮ ਇੰਡੀਆ ਦੇ ਵਿੱਚ, ਮੋਦੀ ਸਰਕਾਰ ਜਿਹੜਾ ਕਿਸਾਨਾਂ ਨਾਲ ਕਰ ਰਹੀ ਹੈ, ਆਪਣੇ ਹੱਕਾਂ ਦੇ ਵਾਸਤੇ ਨਿਕਲਣਾ ਪੈਣਾ ਹੈ। ਅਤੇ ਲਾਈਨ ਆਫ ਪੰਜਾਬ ਖਾਲਸਾ ਜੀ ਨੇ ਇਹ ਹੀ ਗੱਲ ਸੁਣਾਈ ਸੀ ਕਿ ਆਪਣੇ ਘਰਾਂ ਦੇ ਵਿੱਚੋਂ ਫਾਈਟ ਕਰਨੀ ਪੈਣੀ ਹੈ। ਫਾਈਟ ਫॉर योर ਰਾਈਟਸ, ਪੰਜਾਬੀ ਪੀਪਲ ਆਰ ਨੋਨ ਐਸ ਦੈਟ, ਪੰਜਾਬੀ ਪੀਪਲ ਡੋਨਟ ਗਿਵ ਅਪ। ਯੇ ਆਪਣੇ ਹੱਕਾਂ ਦੇ ਵਾਸਤੇ, ਮੈਂ ਖੁਦ ਪੰਜਾਬੀ ਕੁੜੀ ਹਾਂ ਨਾ, ਬਿਲਕੁਲ, ਐਂਡ ਆਈ ਡੈਫਨਿਟਲੀ ਨੋ ਦੈਟ ਆਈ ਡੋਨਟ ਗਿਵ ਅਪ ਈਜ਼ਲੀ। ਡੈਫਨਿਟਲੀ ਡੈਫਨਿਟਲੀ, ਦੈਟਸ ਇਨ ਆਰ ਬਲੱਡ, ਬਿਲਕੁਲ, ਇਟਸ ਇਨ ਮਾਈ ਬਲੱਡ ਦੈਟ ਆਈ ਐਮ ਨਾਟ ਗੋਇੰਗ ਟੂ ਗਿਵ ਅਪ ਅੰਟਿਲ ਆਈ ਲਰਨ ਦ ਲੈਸਨ। ਡੈਫਨਿਟਲੀ ਡੈਫਨਿਟਲੀ, ਬਹੁਤ ਹੀ ਸੁਥਰਾ ਸੌਂਗ ਵੀ ਸੀ। ਅਤੇ ਸਮਝ ਲਓ ਇੱਕ ਕਿਸਮ ਦਾ ਭਿੰਡਰਾਂ ਵਾਲੇ ਸਾਹਿਬ ਨੂੰ ਇੱਕ ਕਿਸਮ ਦਾ ਉਹਨਾਂ ਨੂੰ ਨਾ ਸਤਿਕਾਰ ਯਾਨੀ ਉਹਨਾਂ ਨੂੰ ਰਿਸਪੈਕਟ ਦਿੱਤੀ ਗਈ ਹੈ, ਬਹੁਤ ਜ਼ਿਆਦਾ ਰਿਸਪੈਕਟ ਦੇ ਲੈਵਲ 'ਤੇ ਨੇ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਹੋਰ ਸੰਤਾਂ ਦੀਆਂ ਵੀਡੀਓਜ਼ 'ਤੇ ਰਿਐਕਸ਼ਨ ਦਿੱਤੇ ਜਾਣ। ਅਸੀਂ ਨਵੇਂ ਹਾਂ, ਇਹਨੂੰ ਸਾਨੂੰ ਇੰਨਾ ਹਿਸਟਰੀ ਦਾ ਨਹੀਂ ਪਤਾ, ਅਤੇ ਵੀ ਟਰਾਇੰਗ ਟੂ ਲਰਨ ਕਿ ਆਪਾਂ ਚਾਹੁੰਦੇ ਹਾਂ ਕਿ ਸਾਰੇ ਮਿਲ ਕੇ ਹਿਸਟਰੀ ਦੇ ਬਾਰੇ ਜਾਣੀਏ, ਸਾਡੀ ਹਿਸਟਰੀ ਬਹੁਤ ਰਿਚ ਆ। ਹਾਂਜੀ, ਠੀਕ ਹੈ, ਆਪਣਾ ਬਹੁਤਾ ਬਹੁਤਾ ਖਿਆਲ ਰੱਖਿਓ, ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਰੱਬ ਰਾਖਾ। I remember when them niggas used to doubt that I was waiting on a loving, get an ounce back. Greatest blessings, my mistakes I learned about.